ਪਿੰਕੇ ਕਾ ਨੂੰ ਸਜ਼ਾ ਮੁਆਫ ਕਰਕੇ ਜੇਲ੍ਹ ਚੋਂ ਬਾਹਰ ਕੱਢੇ ਸਕਦਾ ਡੇਰਾ ਸਾਹਬ ਜਿਹੜਾ ਆ ਉਹਨੂੰ ਪ੍ਰੋਬਲਮਾਂ ਸਰੀਰ ਤੱਕ ਉਹ ਐਨੇ ਕਤਲਾਂ ਵਿੱਚ ਜਿਹੜਾ ਫਸਿਆ ਹੋਇਆ ਤਦ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਆ ਉਹ ਕਿਉਂ ਨਹੀਂ ਹੋ ਸਕਦੀ ਪੁਰਾਣੀਆਂ ਸ਼ਾਸਕੀ ਪਾਰਟੀਆਂ ਲੋਕਾਂ ਨਾਲ ਲਾਰੇ ਲੱਪੇ ਲਾ ਕੇ ਸਮਟ ਪਾਉਂਦੀਆਂ ਰਹੀਆਂ ਜਾਂ ਲੋਕਾਂ ਨੂੰ ਬਿਆਨਾਂ ਵਿੱਚ ਉਲਝਾ ਕੇ ਰੱਖਦੇ ਰਹੀਆਂ ਜੇ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਦੀ ਸਰਕਾਰ ਨੇ ਇਸ ਤਰ੍ਹਾਂ ਕੀਤੀ ਤਾਂ ਜਿਹੜਾ ਲੋਕਾਂ ਦਾ ਰਵੱਈਆ ਆ ਉਹ ਮੁੜ ਉਸੇ ਤਰ੍ਹਾਂ ਦਾ ਹੋਊਗਾ ਕੁਮਾਰ ਵਿਸ਼ਵਾਸ ਨੇ ਬਿਆਨ ਦਿੱਤਾ ਸੀਗਾ ਦਿੱਲੀ ਬੈਠ ਕੇ ਤੇ ਦਿੱਤਾ ਸੀ ਕੇਜਰੀਵਾਲ ਦੇ ਹਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਆ ਤਦ ਫਿਰ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਕਿਵੇਂ ਪਰਚਾ ਦਗੀ ਦੇ ਸਕਦਾ ਕੁਲਵੰਤ ਸਿੰਘ ਰਾਜੂ ਉਹਨਾਂ ਦੇ ਪਿਤਾ ਜੀ ਦਾ ਭੋਗ ਸਾ ਉਸ ਵੇਲੇ ਜਦੋਂ ਭੋਗ ਟੈਂਡ ਕਰਨ ਲਈ ਉਹ ਪੈਰੋਲ ਤੇ ਆਏ ਕੁਝ ਘੰਟਿਆਂ ਲਈ ਤਦ ਉਹਨਾਂ ਨੇ ਬਿਆਨ ਦਿੱਤਾ ਸੀ ਵਿਧਾਨ ਸਭਾ ਚੋਂ ਪਹਿਲਾਂ ਕਿ ਅਕਾਲੀ ਦਲ ਨੂੰ ਵੋਟਾਂ ਪਾਈਆਂ ਜਾਣ ਸੋ ਸ਼੍ਰੋਮਣੀ ਅਕਾਲੀ ਦਲ ਰਾਜੂ ਉਹਨਾਂ ਦੇ ਉਸ ਬਿਆਨ ਦਾ ਮੁੱਲ ਮੁੱਲਣਾ ਚਾਹੁੰਦਾ ਜਾਂ ਕੋਈ ਹੋਰ ਉਹਨਾਂ ਦੀ ਇੱਛਾ ਆ ਅੱਜ ਪੰਜਾਬ ਪੁਲਿਸ ਦੂਜੇ ਸੁੱਬੇ ਬੱਚਾ ਬਿਨਾਂ ਪਰਮਿਸ਼ਨ ਜਾਂ ਬਿਨਾਂ ਉਹਨਾਂ ਦੀ ਰਜਮੰਦਗੀ ਜਾਂ ਧਮਕੀ ਆ ਤਾਂ ਕੀ ਅਸੀਂ ਦੂਜੇ ਸੁੱਬਿਆਂ ਦੀ ਪੁਲਿਸ ਨੂੰ ਪੰਜਾਬ ਤੋਂ ਰੋਕ ਸਕਾਂਗੇ ਉਹਨਾਂ ਨੇ ਇਹ ਕਿਹਾ ਕਿ ਸਿਰਫ ਇਹ ਮਾਮਲਾ ਆ ਉਹ ਮੇਰੇ ਦਾਦੇ ਦਾ ਨਹੀਂ ਹੈ 17 ਹੋਰ ਜਿਹੜੇ ਮਾਰੇ ਗਏ ਸੀਗੇ ਮਾਮਲਾ ਉਹਨਾਂ ਦਾ ਵੀ ਆ ਉਹਨਾਂ ਦਾ ਇਹ ਕਹਿਣਾ ਸੀ ਕਿ ਉਹਨਾਂ ਨੇ ਜਿਹੜਾ ਬਜਨ ਸਿੰਘ ਦਾ ਕਤਲ ਕੀਤਾ ਹੱਤਿਆ ਕੀਤੀ ਸੀ ਉਹ ਇਸ ਕਰਕੇ ਕੀਤੀ ਗਈ ਕਿ ਉਹ ਬਦਲਾ ਲੈਣਾ ਚਾਹੁੰਦੇ ਸਨ ਕਿਉਂਕਿ ਬਿਆਮ ਸਿੰਘ ਨੇ ਨੌਜਵਾਨ ਸਿੱਖੀ ਦਾ ਘਾਣ ਕਰਤਾ ਸੀ ਪ੍ਰਕਾਸ਼ ਸਿੰਘ ਬਾਦਲ ਸਫੀਰ ਸਿੰਘ ਬਾਦਲ ਜਾਂ ਅਕਾਲੀ ਦਲ ਜਿਹੜਾ ਆਪਾਂ ਕਹਿ ਲਈਏ ਕਿ ਡਾਇਰੈਕਟਲੀ ਇੰਡਾਇਰੈਕਟਲੀ ਆਪਣੇ ਪ੍ਰਚਾਰ ਲਈ ਵਰਤਾ ਰਿਹਾ ਜਾਂ ਗੁਰਬਾਣੀ ਦੇ ਸਿਰ ਤੇ ਜਿਨ੍ਹਾਂ ਨੂੰ ਬੇਠਾ ਇਸ਼ਤਿਹਾਰ ਮਿਲਦੇ ਰਹਿਆ ਐਸ ਵੇਲੇ ਦਿੱਕਤਾਂ ਵਿੱਚ ਆ ਤੇ ਦਿੱਕਤ ਜਿਹੜੀ ਆ ਹਾਲ ਹੀ ਘੜੀ ਕੋਈ ਜਿਹੜਾ ਉਹਦਾ ਹੱਲ ਵੀ ਨਿਕਲਦਾ ਨਹੀਂ ਲੱਗਦਾ ਦਾ ਖਾਲਸ ਟੀਵੀ ਨੂੰ ਟਿੱਡੋ ਮੂੰਹ ਕਰਨ ਵਾਲੇ ਦੋਸਤੋ ਸਾਡੇ ਰੋਜ਼ਾਨਾ ਦੇ ਬਹੁਤ ਚਰਚਿਤ ਸ਼ੋਅ ਖਾਲਸ ਸਪੈਸ਼ਲ ਤੁਹਾਡਾ ਸਵਾਗਤ ਹੈ। ਹੋਸਟ ਕਮਲ ਜੀ ਜਿਸ ਨੇ ਬਣਾਇਆ ਦੀ ਸਤਿ ਸ੍ਰੀ ਅਕਾਲ। ਜੁਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਆਪਣੇ ਸਾਥੀਆਂ ਸਮੇਤ ਪਿਛਲੇ 26 ਸਾਲਾਂ ਤੋਂ ਜੇਲ੍ਹ 'ਚ ਬੰਦ ਨੇ। ਉਹਨਾਂ ਉੱਤੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੀ ਹੱਤਿਆ ਕਰਨ ਦਾ ਦੋਸ਼ ਲੱਗੇ ਸਨ। ਉਹਨਾਂ ਨੇ ਖੜੇ ਮੱਥੇ ਪਰਵਾਣ ਵੀ ਕੀਤੇ। ਜੁਲਾਈ 2007 ਵਿੱਚ ਜਦੋਂ ਫੈਸਲਾ ਸੁਣਾਇਆ ਗਿਆ ਤਦ ਬਲਵੰਤ ਸਿੰਘ ਰਾਜੋਆਣਾ ਅਤੇ ਜਗਤਾਰ ਸਿੰਘ ਵਾਰਾ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਜਗਤਾਰ ਸਿੰਘ ਵਾਰਾ ਜਿਹੜੇ ਮਤਵਾਜ਼ੀ ਜ਼ਥੇਦਾਰ ਵੀ ਨਹੀਂ ਉਹਨਾਂ ਦੀ ਜਿਹੜੀ ਸਜ਼ਾ ਸੀ ਉਮਰ ਕੈਦ ਦੀ ਉਹ ਮਾਫ ਕਰਤੀ ਸੀ ਉੱਚ ਅਦਾਲਤ ਨੇ ਪਰ ਬਲਵੰਤ ਸਿੰਘ ਰਾਜੋਆਣਾ ਨੇ ਨਾ ਤਾਂ ਕੋਈ ਅਪੀਲ ਕੀਤੀ ਨਾ ਹਾਈ ਕੋਰਟ ਚ ਕੇਸ ਪਾਇਆ ਇਸ ਕਰਕੇ ਸਜ਼ਾ ਉਹਨਾਂ ਦੀ ਬਰਕਰਾਰ ਰਹਿ ਗਈ ਤੇ ਬਲਵੰਤ ਸਿੰਘ ਰਾਜੋਆਣਾ ਇਹ ਚੌਂਦ ਵੀ ਰਹੇ ਨੇ ਕਿਉਂ ਹੱਸ ਕੇ ਫਾਂਸੀ ਦਾ ਜਿਹੜਾ ਫੰਦਾ ਹੈ ਉਹਨੂੰ ਚੁੰਮਣਾ ਇੱਛਾ ਰੱਖਦੇ ਆ ਪਰ ਸ਼੍ਰੋਮਣੀ ਗਦਰਪੰਥ ਕਮੇਟੀ ਨੇ ਆਪਣੇ ਤੌਰ ਤੇ ਰਾਜੋ ਉਹਨਾਂ ਦੀ ਸਜ਼ਾ ਮਾਫ ਕਰਨ ਲਈ ਇੱਕ ਰਹਿਮ ਦੀ ਅਪੀਲ ਪੇਸ਼ ਕਰਤੀ ਸੀ ਉਹ ਰਹਿਮ ਦੀ ਜਿਹੜੀ ਅਪੀਲ ਹੈ ਇਸ ਵੇਲੇ ਦੇਸ਼ ਦੇ ਰਾਸ਼ਟਰਪਤੀ ਕੋਲ ਪਈ ਆ ਮਾਮਲਾ ਸੁਪਰੀਮ ਕੋਰਟ ਚਲਾ ਗਿਆ ਸੁਪਰੀਮ ਕੋਰਟ ਨੇ ਸੀਬੀਆਈ ਤੇ ਸੈਂਟਰ ਸਰਕਾਰ ਨੂੰ ਕਿਹਾ ਕਿ ਇਹਦਾ ਤਰ੍ਹਾਂ ਫੈਸਲਾ ਆਪਣੇ ਲੈਵਲ ਤੇ ਲਿਆ ਜਾਵੇ ਪਰ ਕੋਨ ਨੋ ਸਾਥੀ ਜਿਨ੍ਹਾਂ ਉੱਤੇ ਦੋਸ਼ ਲੱਗੇ ਸਨ ਬਿਆਨਸਿਕ ਦੀ ਹੱਤਿਆ ਕਰਨ ਤੇ ਉਹਨਾਂ ਵਿੱਚੋਂ ਦੋ ਸਜ਼ਾ ਪੂਰੀ ਕਰਕੇ ਬਾਹਰ ਆ ਚੁੱਕੇ ਆ ਨਵਜੋਤ ਸਿੰਘ ਤੇ ਨਸੀਬ ਸਿੰਘ ਬਾਕੀ ਦੇ ਜਿਹੜੇ 7 ਬਰਵੰਦ ਸਿੰਘ ਰਾਜੋਣਾ ਜਸਵੰਤ ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਤਾਰਾ ਪਰਮਜੀਤ ਸਿੰਘ ਪਿਹੋਰਾ ਇੰਜੀਨੀਅਰ ਗੁਰਪ੍ਰੀਤ ਸਿੰਘ ਲਖਵਿੰਦਰ ਸਿੰਘ ਇਹ ਸਾਰੇ ਜਿਹੜੇ ਆ ਸ਼ਮਸ਼ੇਰ ਸਿੰਘ ਵੀ ਹਾਲੇ ਜੇਲ੍ਹ ਚ ਬੰਦਿਆ ਬਰਵੰਦ ਸਿੰਘ ਰਾਜੋਣਾ ਕੇਂਦਰੀ ਜਿਲ੍ਹਾ ਪਟਿਆਲਾ ਵਿੱਚ ਤੇ ਜਗਤਾਰ ਸਿੰਘ ਹਵਾਰਾ ਹੈਗਨ ਇਤਿਹਾਰ ਜੇਲ੍ਹ ਦਿੱਲੀ ਵਿੱਚ ਬਾਕੀ ਸਾਰੇ ਜਿਹੜੇ ਉਹ ਸਜਾ ਕੱਟ ਰਹੇ ਆ ਮਰਲੇ ਬੜੇਲ ਵਿੱਚ ਹੁਣ ਅਕਾਲੀ ਦਲ ਨੇ ਬਲਵੰਤ ਸਿੰਘ ਰਾਜੋਵਾਨ ਦੀ ਸਜ਼ਾ ਮਾਫ ਕਰਨ ਦੀ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਆ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਆ ਵੈਸੇ ਮੈਂ ਦੱਸਦਾ ਕਿ ਇਹਨਾਂ ਸੱਤ ਸਿੰਘਾਂ ਸਮੇਤ ਜਿਹੜੇ ਹੋਰ ਸਿੱਖ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਲਈ ਸੰਘਰਸ਼ ਚੱਲ ਰਿਹਾ ਉਨ੍ਹਾਂ ਦੀ ਰਿਹਾਈ ਲਈ ਕਈ ਰੋਸ ਮਾਰਚ ਵੀ ਕੀਤੇ ਗਏ ਇੱਥੋਂ ਤੱਕ ਕਿ ਕਈ ਵਕੀਲਾਂ ਨੇ ਜਿਹੜੀ ਆ ਉਹ ਅਪੀਲ ਵੀ ਦਾਇਰ ਕੀਤੀ ਹੋਈ ਆ ਪਰ ਹਾਲ ਦੀ ਘੜੀ ਫੈਸਲਾ ਨਹੀਂ ਆਇਆ ਉਂਝ ਕੇਂਦਰ ਸੰਸਦਕਾਰ ਵਿਧਾਨ ਸਭਾ ਜਿਹੜੀ ਆ ਭਾਰਤੀ ਜਨਤਾ ਪਾਰਟੀ ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਇੱਕ ਆਸਭਜਉਂਦੀ ਰਹੀ ਆ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਕਰਨ ਲਈ ਤਿਆਰ ਆ ਹੁਣ ਜਿਹੜਾ ਅਕਾਲੀ ਦਲ ਨੇ ਬਿਆਨ ਦਿੱਤਾ ਵੈਸੇ ਤਾਂ ਅਕਾਲੀ ਦਲ ਇਸ ਵੇਲੇ ਹਾਸ਼ੀਏ ਤੇ ਜਾ ਚੁੱਕਾ ਆਪਣੀ ਪੰਥਕ ਜਿਹੜਾ ਰਸਤਾ ਸੀਗਾ ਉਤੋਂ ਭਟਕ ਚੁੱਕਾ ਜਦੋਂ ਬਲਵੰਤ ਸਿੰਘ ਰਾਜੋ ਉਹਨਾਂ ਦੇ ਪਿਤਾ ਜੀ ਦਾ ਭੋਗ ਸਾ ਉਸ ਵੇਲੇ ਜਦੋਂ ਭੋਗ ਟੈਂਡ ਕਰ ਲਈ ਉਹ ਪੈਰੋਲ ਤੇ ਆਏ ਕੁਝ ਘੰਟਿਆਂ ਲਈ ਤਾਂ ਉਹਨਾਂ ਨੇ ਬਿਆਨ ਦਿੱਤਾ ਸੀ ਵਿਧਾਨ ਸਭਾ ਚੋਣੋਂ ਪਹਿਲਾਂ ਕਿ ਅਕਾਲੀ ਦਲ ਨੂੰ ਵੋਟਾਂ ਪਾਈਆਂ ਜਾਣ ਸੋ ਸ਼੍ਰੋਮਣੀ ਅਕਾਲੀ ਦਲ ਰਾਜੋ ਉਹਨਾਂ ਦੇ ਉਸ ਬਿਆਨ ਦਾ ਮੁੱਲ ਮੋਲਣਾ ਚਾਹੁੰਦਾ ਜਾਂ ਕੋਈ ਹੋਰ ਉਹਨਾਂ ਦੀ ਇੱਛਾ ਆ ਇਹ ਤਾਂ ਹਾਲ ਦੀ ਘੜੀ ਸਾਹਮਣੇ ਨਹੀਂ ਆ ਸਕੀ ਪਰ ਇਹਦੇ ਉੱਤੇ ਕਈ ਤਰ੍ਹਾਂ ਦੇ ਰਿਐਕਸ਼ਨ ਹੋਣੇ ਸ਼ੁਰੂ ਹੋ ਗਏ ਪਹਿਲਾ ਰਿਐਕਸ਼ਨ ਜਿਹੜਾ ਆ ਉਹ ਕੀਤਾ ਬਿੱਟੂ ਉਹਨਾਂ ਨੇ ਜਿਹੜੇ ਬਿਆਨ ਸਿੰਘ ਦੇ ਪੋਤਰੇ ਨੇ ਔਰ MP ਨੇ ਲੁਧਿਆਣਾ ਤੋਂ ਉਹਨਾਂ ਨੇ ਇਹ ਕਿਹਾ ਕਿ ਸਿਰਫ ਜਿਹੜਾ ਮਾਮਲਾ ਆ ਉਹ ਮੇਰੇ ਦਾਦੇ ਦਾ ਨਹੀਂ ਹੈ 17 ਹੋਰ ਜਿਹੜੇ ਮਾਰੇ ਗਏ ਸਗੇ ਮਾਮਲਾ ਉਹਨਾਂ ਦਾ ਵੀ ਆ ਤੇ ਉਹਨਾਂ ਦੀ ਪਾਰਟੀ ਦੇ ਅਨੰਦਪੁਰ ਸਾਹਿਬ ਤੋਂ MP ਮਨੀਸ਼ ਤਵਾੜੀ ਹੁਣੀ ਇੱਕ ਵੱਖਰੀ ਤਰ੍ਹਾਂ ਬਿਆਨ ਦੇ ਦਿੰਦੇ ਆ ਉਹ ਕਹਿੰਦੇ ਆ ਕਿ ਉਹਨਾਂ ਨੂੰ ਪਤਾ ਕਿ ਗਿਆਂ ਦਾ ਦਰਦ ਕੀ ਹੁੰਦਾ ਮਨੀਸ਼ ਤਵਾੜੀ ਦੇ ਪਿਤਾ ਵਿਸ਼ਵਨਾਥ ਤਵਾੜੀ ਜਿਹੜੇ ਪ੍ਰੋਫੈਸਰ ਸ੍ਰੀ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਨੂੰ ਸ੍ਰੀ ਚੰਡੀਗੜ੍ਹ ਵਿੱਚ ਉਹ ਇੰਦਰਾ ਗਾਂਧੀ ਬਹੁਤ ਨੇੜੇ ਰਹੇ ਆ ਉਹਨਾਂ ਦੇ ਵੀ ਉਸ ਵੱਲੇ ਖੜਕੂਆਂ ਵੱਲੋਂ ਹੱਤਿਆ ਕਰਤੀ ਗਈ ਸੀ ਸੋ ਮਨੀਸ਼ ਤਵਾਰੀ ਉਹਨਾਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਤੌਰ ਤੇ ਇਹ ਜਿਹੜੀ ਰਿਹਾਈ ਹੈ ਇਹ ਕਰਨੀ ਬਣਦੀ ਆ ਬੈਸੇ ਜਿਹੜਾ ਦਰਦ ਆ ਉਹ ਉਹਨਾਂ ਦਾ ਵੀ ਘੱਟ ਨਹੀਂ ਹੈਗਾ ਸੋ ਇਸ ਵੇਲੇ ਇੱਕ ਪਾਸੇ ਕਾਂਗਰਸ ਜਿਹੜੀ ਆ ਇਹ ਇਹਨਾਂ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਪਸ ਵਿੱਚ ਜਿਹੜੀ ਆ ਉਹ ਗੁੱਥਮਗਥਾ ਹੋਣ ਲੱਗੀ ਆ ਦੂਜੇ ਵੱਨ ਸ੍ਰੋਮਣੀ ਅਕਾਲੀ ਦਲ ਬਿਆਨ ਦੇ ਰਿਹਾ ਪਰ ਉਹ ਜਥੇਬੰਦੀਆਂ ਜਿਹੜੀਆਂ ਸੰਘਰਸ਼ ਕਰ ਰਹੀਆਂ ਜਿਹੜੀਆਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਆ ਉਹ ਮੰਗ ਕਰਦੀਆਂ ਉਹ ਹਾਲ ਦੀ ਘੜੀ ਚੁੱਪਿਆ ਪਰ ਇੱਥੇ ਇੱਕ ਜਿਹੜਾ ਸਵਾਲ ਉੱਠਦਾ ਹੈ ਇਹ ਕਿ ਜੇ ਪਿੰਕੀ ਕੈਟ ਨੂੰ ਸਜ਼ਾ ਮਾਫ਼ ਕਰਕੇ ਜੇਲ੍ਹ ਤੋਂ ਬਾਹਰ ਕੱਢੇ ਸਕਦਾ ਜਾਂ ਹੋਰ ਕੋਈ ਪੁਲਿਸ ਅਧਿਕਾਰੀਆਂ ਸਮੇਤ ਆਪਾਂ ਇਹ ਕਹਿ ਲਈਏ ਕਿ ਡੇਰਾ ਸਾਧ ਜਿਹੜਾ ਆ ਉਹਨੂੰ ਪਰੋਲ ਮਿਲ ਸਕਦੀਏ ਤਾਂ ਕੋਈ ਇੰਨੇ ਕਤਲਾਂ ਵਿੱਚ ਜਿਹੜਾ ਫਸਿਆ ਹੋਇਆ ਤਦ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਆ ਉਹ ਕਿਉਂ ਨਹੀਂ ਹੋ ਸਕਦੀ ਅਸੀਂ ਪਿਛਲੇ ਦਿਨੀ ਇੱਕ ਪ੍ਰਾਈਮ ਟਾਈਮ ਵੀ ਕੀਤਾ ਸੀ ਵਿੱਚ ਦੱਸਿਆ ਸੀਗਾ ਕਿ ਕਿਨਾ-ਕਿਨਾ ਧਰਾਮਾ ਤਹਿਤ ਜਿਹੜੀ ਆ ਉਹ ਮੁਆਫੀ ਮਿਲ ਸਕਦੀ ਆ ਬਸ਼ਰਤ ਤੇ ਕਿ ਉਹਨਾਂ ਦਾ ਆਚਰਣ ਜੜਾ ਚੰਗਾ ਹੋਵੇ ਅਸੀਂ ਸਾਰੀ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਜਿਹਦੇ ਵਿੱਚ ਇਹ ਸੀ ਕਿ ਸਾਰੇ ਬੰਦੀ ਸਿੰਘਾਂ ਦਾ ਜਿਹੜਾ ਆਚਰਣ ਆ ਉਹ ਬਹੁਤ ਵਧੀਆ ਆ ਪਰ ਮੈਂ ਇੱਥੇ ਗੱਲ ਜਿਹੜੀ ਤੁਹਾਡੇ ਨਾਲ ਇੱਕ ਹੋਰ ਕਰਨੀ ਚਾਹੁੰਦਾ ਇਹ ਕਿ ਮੈਂ ਪੰਜਾਬੀ ਟ੍ਰਿਬਿਊਨ ਚ ਹੁੰਦਿਆਂ ਬਿਆਸ ਸਿੰਘ ਕਤਲ ਕੇਸ ਸਾਰਿਆ ਸਾਰਾ ਕਵਰ ਕਰਦਾ ਰਿਹਾ ਤੇ ਮੈਨੂੰ ਜਦੋਂ ਮੈਂ ਜੇਲ੍ਹ ਜਾਂਦਾ ਸੀਗਾ ਅਦਾਲਤੀ ਕੇਸ ਕਵਰ ਕਰਨ ਤਦ ਮੈਨੂੰ ਜਗਤਾਰ ਸਿੰਘ ਹਵਾਰਾ ਜਾਂ ਬਲਵੰਤ ਸਿੰਘ ਰਾਜਵਾਨ ਨਾਲ ਕਾਫੀ ਬਾਰ ਮੁਲਾਕਾਤ ਕਰਨ ਦਾ ਗੱਲਬਾਤ ਕਰਨ ਦਾ ਸਭ ਮਿਲਦਾ ਰਿਹਾ ਪਰ ਮੈਂ ਇੱਥੇ ਦੱਸਦਾ ਕਿ ਦੋਨੋਂ ਨਿਹਾਤ ਖੂਬਸੂਰਤ ਇਨਸਾਨ ਨੇ ਦੋਨੇ ਰਹਿਮਦਿਲ ਨੇ ਪਰ ਉਹਨਾਂ ਦਾ ਇਹ ਕਹਿਣਾ ਸੀ ਕਿ ਉਹਨਾਂ ਨੇ ਜਿਹੜਾ ਬਜਨ ਸਿੰਘ ਦਾ ਕਤਲ ਕੀਤਾ ਹੱਤਿਆ ਕੀਤੀ ਸੀ ਉਹ ਇਸ ਕਰਕੇ ਕੀਤੀ ਗਈ ਕਿ ਉਹ ਬਦਲਾ ਲੈਣਾ ਚਾਹੁੰਦੇ ਸਨ ਕਿਉਂਕਿ ਬਜਨ ਸਿੰਘ ਨੇ ਨੌਜਵਾਨ ਸਿੱਖੀ ਦਾ ਘਾਣ ਕਰਤਾ ਸੀ ਇਹਨੂੰ ਤੁਸੀਂ ਇਹ ਕਹਿ ਲਓ ਕਿ ਉਹ ਜਜ਼ਬਾਤੀ ਹੋਏ ਕੀਤਾ ਜਾ ਉਹ ਜਿਹੜੇ ਆਪਣੀ ਜਾਨ ਆ ਉਹ ਤਲੀ ਤੇ ਰੱਖੇ ਫਿਰਦੇ ਸੀਗੇ ਪਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੇ ਕਦੇ ਅਦਾਲਤ ਵਿੱਚ ਇਹ ਨਹੀਂ ਕਿਹਾ ਕਿ ਉਹਨਾਂ ਨੇ ਹਤਿਆ ਨਹੀਂ ਕੀਤੀ ਜਾਂ ਉਹਨਾਂ ਨੂੰ ਇਸ ਗੱਲ ਦਾ ਪਛਤਾਵਾ ਆ ਸੋ ਮੈਨੂੰ ਇੰਜ ਲੱਗਦਾ ਕਿ ਜੇ ਇਹ ਸਿੰਘ ਨੌਜਵਾਨ ਆਪਣੇ ਸੱਚਾਈ ਦੇ ਮਾਰਗ ਤੇ ਚੱਲਦੇ ਆ ਤਾਂ ਸਿਆਸੀ ਪਾਰਟੀਆਂ ਨੂੰ ਕੋਈ ਹੱਕ ਨਹੀਂ ਹੈਗਾ ਕਿ ਉਹਨਾਂ ਦੇ ਨਾਂ ਤੇ ਜਿਹੜੀ ਆ ਉਹ ਰਾਜਨੀਤੀ ਕੀਤੀ ਜਾਵੇ ਵੈਸੇ ਦੱਸਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਜਿਨ੍ਹਾਂ ਵਿੱਚ ਜਗਤਾਰ ਸਿੰਘ ਹਵਾਰਾ ਬਰਵਾਦ ਸਿੰਘ ਰਾਜੋ ਹਣਾ ਆ ਇਹ ਸ਼ਾਮਲਿਆ ਬੰਦੀ ਸਿੰਘ ਬਾਕੀ ਵੀ ਰਹਿਣੇ ਚਾਹੀਦੇ ਆ ਪਰ ਸਿਆਸੀ ਪਾਰਟੀਆਂ ਉਹਨਾਂ ਦੇ ਨਾਂ ਤੇ ਜਿਹੜਾ ਆ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਉਹ ਰਾਜਨੀਤੀ ਨਾ ਕਰਨ ਤਾਂ ਮੈਂ ਇਹ ਕਹਦਾ ਕਿ ਇਹ ਇੱਕ ਜਿਹੜਾ ਉਹਨਾਂ ਨੇ ਕੁਰਬਾਨੀ ਕੀਤੀ ਆ ਉਹਦਾ ਮੁੱਲ ਮੋੜਨਾ ਹੋਵੇਗਾ ਅਗਲਾ ਮਸਲਾ ਬੜਾ ਗੰਭੀਰ ਆ ਉਹ ਵੀ ਬਾਦਲ ਨਾਲ ਜੁੜਿਆ ਹੋਇਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬੀਰ ਸਿੰਘ ਬੱਲ ਜਿਹੜੇ ਆ ਉਹੀ ਬਿਆਨ ਦੇ ਰਹੇ ਆ ਕਿ ਬਲਵੰਤ ਸਿੰਘ ਰਾਜੋਹਣਾ ਨੂੰ ਰਿਹਾ ਕੀਤਾ ਜਾਵੇ ਕਿ ਸਵੀਰ ਸਿੰਘ ਬਾਦਲ ਹੋਣਾ ਦੀ ਮਲਕੀਅਤ ਵਾਲਾ ਪੀਟੀਸੀ ਚੈਨਲ ਜਿਹੜਾ ਉਹ ਇਸ ਵੇਲੇ ਬੜੀ ਤਰ੍ਹਾਂ ਬੁਰੀ ਤਰ੍ਹਾਂ ਉਲਝਿਆ ਹੋਇਆ ਉਹਦਾ ਪੁਲਿਸ ਤੋਂ ਬਾਅਦ ਅਦਾਲਤ ਵਿੱਚ ਰਗੜਾ ਵੱਜਦਾ ਬਣ ਰਿਹਾ ਪੀਟੀਸੀ ਦੇ ਐਮ ਡੀ ਆਰ ਐਨ ਰਵਿੰਦਰ ਨਾਰੈਣ ਜਿਹੜੇ ਕਿ ਇਸ ਵੇਲੇ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਆ ਜੇਲ੍ਹ ਦੇ ਸ਼ਲਾਖਾਂ ਪਿੱਛੇ ਬੰਦੇ ਆ ਉਹਨਾਂ ਨੇ ਕੱਲ ਜਿਹੜੀ ਇੱਕ ਜਮਾਨਤ ਵਿੱਚ ਦੀ ਅਰਜ਼ੀ ਦਿੱਤੀ ਸੀਗੀ ਅਦਾਲਤ ਵਿੱਚ ਉਹ ਤੇ ਸੁਣਵਾਈ ਹੋਈ ਵੈਸੇ ਬਹੁਤੀਆਂ ਖਬਰਾਂ ਜਿਹੜੀਆਂ ਇਸ ਫੈਸਲੇ ਤੋਂ ਅਣਜਾਣ ਨੇ ਮੀਡੀਆ ਵਿੱਚ ਇਹਨੂੰ ਲੈ ਕੇ ਚਰਚਾ ਨਹੀਂ ਹੋਈ ਪਰ ਸਾਡੇ ਜਿਹੜੇ ਆਪਣੇ ਸੂਤਰਿਆ ਕਹ ਲਈਏ ਜਾਂ ਜਿਹੜਾ ਸਾਡੀ ਸਾਡੀ ਗੱਲਬਾਤ ਸੰਪਰਕ ਜਿਹੜਾ ਹੋ ਸਕਿਆ ਉਹਦੇ ਵਿੱਚੋਂ ਸਾਹਮਣੇ ਆਇਆ ਕਿ ਕੱਲ ਐਮ ਡੀ ਆਰ ਐ ਨਰਵਿੰਦਰ ਰਣ ਦੇ ਜਿਹੜੀ ਜਮਾਨਤ ਆ ਉਹ ਮੋੜ ਰੱਦ ਹੋ ਗਈ ਇਸ ਤੋਂ ਪਹਿਲਾਂ ਉਹਨਾਂ ਨੇ ਜੀਐਮਆਈਸੀ ਦੀ ਅਦਾਲਤ ਵਿੱਚ ਜ਼ਮਾਨਤ ਦੀ ਅਰਜੀ ਪਾਈ ਸੀ ਉਹ ਰੱਦ ਕਰਤੀ ਗਈ ਹੁਣ ਉਹਨਾਂ ਨੇ ਬਧੀਕ ਜ਼ਿਲ੍ਹਾ ਤੇ ਸੈਸ਼ਨ ਜਨਰਲ ਅਦਾਲਤ ਅਰਜੀ ਪਾਈ ਉਹ ਵੀ ਖਾਰਜ ਹੋ ਗਈ ਹੁਣ ਜੇ ਉਹਨਾਂ ਕੋਲ ਕੋਈ ਰਸਤਾ ਬਚਿਆ ਤਾਂ ਉਹ ਬਚਿਆ ਹਾਈ ਕੋਰਟ ਜਾਣ ਦਾ ਸੋ ਉਹ ਹਾਈ ਕੋਰਟ ਵਿੱਚ ਇਹਨਾਂ ਦੋਨਾਂ ਅਦਾਲਤਾਂ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਆ ਕਿ ਨਹੀਂ ਇਹ ਹਾਲੇ ਤੱਕ ਜਿਹੜਾ ਅਕਾਲੀ ਦਲ ਜਾ ਉਹਨਾਂ ਦੇ ਵਕੀਲ ਨੇ ਕੋਈ ਪ੍ਰਗਟਾਵਾ ਨਹੀਂ ਕੀਤਾ ਹੈਗਾ ਪਰ ਇੱਥੇ ਇੱਕ ਤੁਹਾਨੂੰ ਹੋਰ ਦੱਸਦਾ ਜਿਹੜੀਆਂ ਅੰਦਰ ਇਹੋ ਜਿਹੀ ਗੱਲਾਂ ਇਹ ਆ ਕਿ ਜਦੋਂ ਹੀアリング ਹੋਈ ਜ਼ਮਾਨਤ ਦੀ ਅਰਜ਼ੀ ਨੂੰ ਲੈ ਕੇ ਤਦ ਦੋਨਾਂ ਧਿਰਾਂ ਦੇ ਵਕੀਲ ਜਿਹੜੇ ਆਪਣੋ ਆਪਣੇ ਫੀਲਡ ਵਿੱਚ ਮਾਹਰ ਨੇ ਉਹ ਪੂਰੀ ਤਰ੍ਹਾਂ ਜ਼ਮਾਨਤ ਕਰਾਉਣ ਲਈ ਤੇ ਜ਼ਮਾਨਤ ਰੋਕਣ ਲਈ ਪੜੇ ਰਜਿੰਦਰ ਸਿੰਘ ਚੀਮਾ ਮੰਨੇ ਪਰਮੰਨੇ ਕ੍ਰਾਈਮ ਦੇ ਵਕੀਲ ਆ ਉਹਨਾਂ ਨੇ ਆਰਐਮ ਦੀ ਜਿਹੜੀ ਜ਼ਮਾਨਤ ਆ ਉਹਦੇ ਲਈ ਬਹਿਸ ਕੀਤੀ ਉਹਨਾਂ ਵੱਲੋਂ ਇੱਕ ਵੀਡੀਓ ਕਲਿੱਪਿੰਗ ਵੀ ਦਿੱਤੀ ਗਈ ਜਿਹੜੀ 18 April ਦੀ ਸੀ ਜਿਹੜੀ ਉਹ ਵੀਡੀਓ ਕਲਿੱਪਿੰਗ ਜਿਹੜੀ ਵਾਇਰਲ ਵੀ ਹੋਈ ਆ ਕਾਫੀ ਸਾਰੀ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਪੀੜਤ ਲੜਕੀ ਜਿਹੜੀ ਸ਼ਿਕਾਇਤ ਕਰ ਲੜਤੀ ਸੀਗੀ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਬੰਦਕ ਨਹੀਂ ਬਣਾਇਆ ਗਿਆ ਜਾਂ ਉਹਦੇ ਨਾਲ ਕੋਈ ਵੀ ਜਿਹੜਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਪਰ ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲ ਨੇ ਸਵਾਲ ਚੁੱਕ ਲਿਆ ਕਿ ਜਿਹੜੀਆਂ ਵੀਡੀਓ ਪੁਲਿਸ ਦੇ ਕਬਜ਼ੇਤ ਹੋਣੀ ਚਾਹੀਦੀਆਂ ਸੀਗੀਆਂ ਉਹ ਵੀਡੀਓਜ਼ ਬਚਾਅ ਪੱਖ ਕੋਲ ਕਿਵੇਂ ਆ ਗਈਆਂ ਤੇ ਜਿਹੜਾ ਪਟੀਸ਼ਨਰ ਦਾ ਵਕੀਲ ਆ ਪੀੜਤਾ ਦਾ ਵਕੀਲ ਆ ਉਹਨੇ ਅਦਾਲਤ ਨੂੰ ਇਹ ਵੀ ਕਹਿ ਦਿੱਤਾ ਕਿ ਪੁਲਿਸ ਦੀ ਜਿਹੜੀ ਕਾਰਜਕਾਰੀ ਆ ਉਹ ਢਿੱਲੀ ਆ ਜਿਹੜੇ ਨਮੂਨੇ ਫਰੈਂਸਿਕ ਲੈਬ ਕੋਲ ਜਾਣੇ ਚਾਹੀਦੇ ਸੀਗੇ ਉਹ ਭੇਜੇ ਨਹੀਂ ਗਏ ਤੇ ਉਹਨਾਂ ਨੇ ਵੱਡੀ ਗੱਲ ਇਹ ਕਿ ਇੱਕ ਹੋਰ ਅਰਜੀ ਦੇ ਕੇ ਨਵੀਂ ਧਾਰਾ ਜੋੜਨ ਲਈ ਕਹਿ ਦਿੱਤਾ ਉਹ ਧਾਰਾ ਜਿਹਦੇ ਵਿੱਚ ਜ਼ਮਾਨਤ ਨੂੰ ਔਖੀ ਆ ਸੋ ਇਸ ਵੇਲੇ ਪੀਟੀਸੀ ਪਲੱਸ ਆਰਨ ਜਿਹੜੇ ਐਮਡੀ ਨੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਲਗਾਤਾਰ ਬਾਤਾਂ ਜਾਂ ਰਹੀਆਂ ਪਰ ਇੱਥੇ ਦੱਸਦਾ ਕਿ ਇਹ ਪੀਟੀਸੀ ਵੱਲੋਂ ਲੜਕੀਆਂ ਦੇ ਸ਼ੋਸ਼ਣ ਕਰਨ ਦਾ ਮਾਮਲਾ ਜਿਹੜਾ ਜੁੜਿਆ ਹੋਇਆ ਸੀਗਾ ਮਿਸ ਪੰਜਾਬਣਾ ਉਸ ਤੋਂ ਬਾਅਦ ਗੱਲ ਬੜੀ ਤੇਜ਼ੀ ਨਾਲ ਉੱਠੀ ਸੀ ਕਿ ਪੀਟੀਸੀ ਕੋਲੋਂ ਜਿਹੜਾ ਗਰਵਾਣੀ ਦਾ ਸਿੱਧਾ ਪ੍ਰਸਾਰਣ ਹੈ ਉਹਦੀ ਮੋਨੋਪੋਲੀ ਆ ਉਹ ਵਾਪਸ ਲੈ ਲਈ ਜਾਵੇ ਕਾਫੀ ਜਿਹੜੀ ਆ ਉਹ ਗਰਮਾ-ਗਰਮੀ ਹੋਈ ਪਰ ਇਹ ਮਾਮਲਾ ਹੁਣ ਮੁੜ ਕੇ ਜਿਹੜਾ ਆ ਫੇਰ ਦੱਬ ਕੇ ਰਹਿ ਗਿਆ ਇਹ ਮਾਮਲਾ ਅਕਾਲ ਤਾਤ ਜੱਜੇਦਾਰ ਕੋ ਪਹੁੰਚਿਆ ਸੀਗਾ ਅਕਾਲ ਤਾਤ ਜੱਜੇਦਾਰ ਨੇ ਕਿਹਾ ਸੀ ਐਸਜੀਪੀਸੀ ਨੂੰ ਕਿ ਤੁਸੀਂ ਆਪਣਾ ਚੈਨਲ ਸ਼ੁਰੂ ਕਰੋ ਐਸਜੀਪੀਸੀ ਨੇ ਚੈਨਲ ਇੱਕ ਹਫ਼ਤੇ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਸੀ ਉਹ ਹਫ਼ਤਾ ਜਿਹੜਾ ਲੰਘ ਗਿਆ ਮਿਆਦ ਪੁੱਗ ਚੁੱਕੀ ਆ ਪਰ ਹੁਣ ਨਾ ਕੋਈ ਵਿਰੋਧੀ ਧਿਰ ਦੇ ਚਿੱਤੇ ਰਿਹਾ ਕਿ ਇੱਕ ਹਫ਼ਤੇ ਸ਼ੁਰੂ ਕਰਨਾ ਸੀ ਨਾ ਜੱਜੇਦਾਰ ਸਾਹਿਬ ਨੇ ਦੁਬਾਰਾ ਕਿਹਾ ਤੇ ਨਾ ਐਸਜੀਪੀਸੀ ਨੇ ਕੋਈ ਜੜਾਇਆ ਉਹ ਹਲਪੜ ਸ਼ੁਰੂ ਕੀਤਾ ਸੋ ਇਸ ਵੇਲੇ ਇਹ ਕਿ ਪੀਟੀਸੀ ਜਿਹਦੀ ਕਿਸੇ ਵੇਲੇ ਮੋਨੋਪੋਲੀ ਰਹੀ ਆ ਪ੍ਰਕਾਸ਼ ਸਿੰਘ ਬਾਦਲ ਸਫੀਰ ਸਿੰਘ ਬਾਦਲ ਜਾਂ ਅਕਾਲੀ ਦਲ ਜਿਹੜਾ ਆਪਾਂ ਇਹ ਕਹਿ ਲਈਏ ਕਿ ਡਾਇਰੈਕਟਲੀ ਇਨਡਾਇਰੈਕਟਲੀ ਆਪਣੇ ਪ੍ਰਚਾਰ ਲਈ ਵਰਤਦਾ ਰਿਹਾ ਜਾਂ ਗਰਵਾਣੀ ਦੇ ਸਿਰ ਤੇ ਜਿਨ੍ਹਾਂ ਨੂੰ ਬੇਥਾ ਇਸ਼ਤਿਹਾਰ ਮਿਲਦੇ ਰਹਿਆ ਐਸ ਵੇਲੇ ਦਿੱਕਤਾਂ ਵਿੱਚ ਆ ਤੇ ਦਿੱਕਤ ਜਿਹੜੀ ਆ ਹਾਲ ਦੀ ਘੜੀ ਕੋਈ ਜਿਹੜਾ ਉਹਦਾ ਹੱਲ ਵੀ ਨਿਕਲਦਾ ਨਹੀਂ ਲੱਗਦਾ ਜਿਵੇਂ ਦੇ ਹਾਲਾਤ ਬਣੇ ਹੋਏ ਆ ਉਹ ਇਹ ਕਿ ਆਰਨ ਜਿਹੜੇ ਐਮ ਡੀ ਨੇ ਉਹਨਾਂ ਨੂੰ ਜ਼ਮਾਨਤ ਲਈ ਹਾਈ ਕੋਰਟ ਵਿੱਚ ਜਾਣਾ ਜੱਸ ਪੈ ਸਕਦਾ ਇੱਕ ਜਿਹੜੀ ਹੋਰ ਗੱਲ ਜ਼ਰੂਰੀ ਕਰਨੀ ਬਣਦੀ ਹੈ ਉਹ ਇਹ ਕਿ ਕੱਲ ਕਾਫੀ ਚਰਚਾ ਰਹੀ ਕਿ ਕੁਮਾਰ ਵਿਸ਼ਵਾਸ ਜਿਹੜੇ ਆਮ ਆਦੀ ਪਾਰਟੀ ਦੇ ਬਾਨੀਆਂ ਵਿੱਚੋਂ ਸੀਗੇ ਉਹਨਾਂ ਦੇ ਘਰ ਪੁਲਿਸ ਪੰਜਾਬ ਤੋਂ ਬਾਹਰ ਜਾ ਪਹੁੰਚੀ ਅਲਕਰੰਬਲ ਲੰਬਾ ਦੇ ਘਰੇ ਵੀ ਪੁਲਿਸ ਨੇ ਦਸਤਕ ਦਿੱਤੀ ਪੰਜਾਬ ਪੁਲਿਸ ਦਾ ਦੂਜੀ ਸਟੇਟ ਜਾ ਕੇ ਇੰਜ ਧਮਕਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਵੈਸੇ ਤਾਂ ਬਖ ਬਖ ਸਿਆਸੀ ਪਾਰਟੀਆਂ ਜਿਹੜੀਆਂ ਉਹਨੇ ਟਵੀਟ ਕਰਕੇ ਇਹਦਾ ਵਿਰੋਧ ਵੀ ਕੀਤਾ ਭਗਵੰਤ ਜੀ ਸਰਕਾਰ ਆ ਉੱਤੇ ਸਵਾਲ ਵੀ ਖੜੇ ਕੀਤੇ ਪਰ ਜਿਹੜਾ ਖਿਆਲ ਸਵਾਲ ਸਾਡੇ ਮਨ ਚ ਉੱਠਦਾ ਉਹ ਇਹ ਆ ਕਿ ਕੀ ਇੱਕ ਸੂਬੇ ਦੀ ਪੁਲਿਸ ਨੂੰ ਦੂਜੇ ਸੂਬੇ ਦੀ ਪੁਲਿਸ ਨੂੰ ਇਨਫੋਰਮ ਕਰ ਤੋਂ ਬਿਨਾ ਉੱਥੇ ਜਾ ਕੇ ਧਮਕਣ ਦਾ ਹੱਕ ਹੈ ਕਿਸੇ ਦੇ ਘਰ ਜਾ ਕੇ ਡੰਡੇ ਖੜਕਾਉਣ ਦਾ ਅਧਿਕਾਰ ਹੈ ਇਹ ਜਿਹੜਾ ਵੱਡਾ ਸਵਾਲ ਆ ਇਹ ਖੜਾ ਹੁੰਦਾ ਵੈਸੇ ਸਾਡੇ ਕੋਲੇ ਇਹ ਕੋਈ ਸਬੂਤ ਵੀ ਨਹੀਂ ਠੋਸ ਜਾਣਕਾਰੀ ਵੀ ਨਹੀਂ ਕਿ ਪੰਜਾਬ ਪੁਲਿਸ ਨੇ ਉੱਥੇ ਦੀ ਪੁਲਿਸ ਨੂੰ ਜਿਹੜਾ ਆਪਣੇ ਕੌਨਫੀਡੈਂਸ ਲਿਆ ਜਾਂ ਨਹੀਂ ਲਿਆ ਪਰ ਇੱਕ ਗੱਲ ਸਾਡੇ ਮਨ 'ਚ ਜਿਹੜਾ ਦੁਬਧਾ ਖੜੀ ਹੋ ਰਹੀ ਆ ਜਾਂ ਦੁੱਖ ਹੋ ਰਿਹਾ ਕਿ ਜੇ ਅੱਜ ਪੰਜਾਬ ਪੁਲਿਸ ਦੂਜੇ ਸੂਬੇ ਵਿੱਚ ਬਿਨਾ ਪਰਮਿਸ਼ਨ ਜਾਂ ਬਿਨਾ ਉਹਨਾਂ ਦੀ ਰਜਮੰਦਗੀਏ ਜਾ ਧਮਕੀਆ ਤਾਂ ਕੀ ਅਸੀਂ ਦੂਜੇ ਸੂਬਿਆਂ ਦੀ ਪੁਲਿਸ ਨੂੰ ਪੰਜਾਬ 'ਚ ਬੜਨ ਤੋਂ ਰੋਕ ਸਕਾਂਗੇ ਪਿਛਲੇ ਬਿਰਲੇ ਜਦੋਂ ਜਿਹੜੀ ਪੰਜਾਬ ਜਿਹ ਪੰਜਾਬ ਵਿੱਚ ਕੁਝ ਬਾਹਰਲੇ ਸਬਬੀ ਬਲੀ ਸਾਇਤ ਹਮ ਕਿਸਗੀ ਤਾਂ ਅਸੀਂ ਬਹੁਤ ਰੌਣਾ ਪਾਇਆ ਸੀਗਾ ਇੱਕ ਤਾਂ ਇਹ ਦੂਜਾ ਇਹ ਕਿ ਕੁਮਾਰ ਵਿਸ਼ਵਾਸ ਨੇ ਜਿਹੜਾ ਬਿਆਨ ਦਿੱਤਾ ਸੀਗਾ 12 ਫਰਵਰੀ ਨੂੰ ਉਹਦੇ ਵਿੱਚ ਐਫਆਜਾ ਦਰਜ ਕੀਤੀ ਗਈ ਆ ਕਿ 20 ਅਪ੍ਰੈਲ ਨੂੰ ਫਿਰ ਉਹ ਸਭ ਤੋਂ ਵੱਡੀ ਗੱਲ ਜਿਹੜੀ ਕਰਨ ਵਾਲੀ ਇਹ ਹੈ ਕਿ ਜੇ ਕੁਮਾਰ ਵਿਸ਼ਵਾਸ ਨੇ ਬਿਆਨ ਦਿੱਤਾ ਸੀਗਾ ਦਿੱਲੀ ਬੈਠ ਕੇ ਤੇ ਦਿੱਤਾ ਸੀ ਕੇਜਰੀਵਾਲ ਦੇ ਉਲਟ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਆ ਤਦ ਫਿਰ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਕਿਵੇਂ ਪਰਚਾ ਦਰਜ ਕੀਤਾ ਜਾ ਸਕਦਾ ਸ਼ਾਇਦ ਇਸ ਕਰਕੇ ਕਿ ਦਿੱਲੀ ਵਿੱਚ ਪੁਲਿਸ ਜਿਹੜੀ ਆ ਉਹ ਰਵਿੰਦ ਕੇਜਵਲ ਦੀ ਆਪਣੀ ਨਹੀਂ ਹੈਗੀ ਪਰ ਇੱਥੇ ਇੱਕ ਹੋਰ ਵੀ ਜਿਹੜਾ ਜੇ ਆਪਾਂ ਗੱਲ ਕਾਨੂੰਨ ਦੀ ਕਰੀਏ ਜਾਂ ਕਾਨੂੰਨ ਦੀ ਸਮਝ ਰੱਖਣ ਵਾਲੇ ਜਿਹੜੇ ਲੋਕ ਆ ਉਹ ਸਵਾਲ ਖੜਾ ਕਰਦੇ ਆ ਕਿ ਜੇ ਕੋਈ ਅਜਿਹਾ ਬਿਆਨ ਦਿੱਤਾ ਗਿਆ ਜਿਹਦੇ ਨਾਲ ਕਿਸੇ ਦੇ ਵਕਾਰ ਨੂੰ ਨੁਕਸਾਨ ਪੁੱਜਾ ਤਦ ਉਹਦੇ ਵਿੱਚ ਤਾਂ ਪਾਇਆ ਜਾਂਦਾ ਕੇਸ ਹੱਦ ਤੱਕ ਦਾ ਮਾਨ ਹੰਨੀ ਦਾ ਡਿਫਾਰਮੇਸ਼ਨ ਦਾ ਤੋਂ ਦੇ ਵਿੱਚ ਜਿਹੜੀ ਕਾਰਵਾਈ ਆ ਉਹ ਤਾਂ ਹੋਰ ਦੀ ਹੋਰੇ ਸ਼ੁਰੂ ਹੋ ਗਈ ਤੇ ਪਤਾ ਇਹ ਵੀ ਲੱਗਾ ਕਿ ਵਿੱਚ ਜਿਹੜੀ ਧਰਾਵਾ ਜੁੜੀਆਂ ਗਈਆਂ 120 ਬੀਤੇ 153 ਇਹਨਾਂ ਵਿੱਚੋਂ ਇੱਕ ਧਾਰਾ ਜਿਹੜੀ ਆ ਉਹ ਗੈਰਜਮਾਨਤੀ ਆ ਵੈਸੇ ਪੁਲਿਸ ਨੇ ਅਲਕਾ ਲਾਂਬਾ ਤੇ ਜਿਹੜਾ ਹੈਗਾ ਕੁਮਾਰ ਵਿਸ਼ਵਾਸ ਦੋਹਾਂ ਨੂੰ ਕਿਹਾ ਕਿ 26 ਅਪ੍ਰੈਲ ਨੂੰ ਆ ਕੇ ਉਹ ਪੇਸ਼ ਹੋਣ ਕਿਉਂਕਿ ਜਿਹੜੀਆਂ ਧਰਾਵਾ ਆ ਉਹ ਜਮਾਤਯੋਗ ਨਹੀਂ ਹੈਗੀ ਇਸ ਕਰਕੇ ਜਿਹੜਾ ਜਆ ਗ੍ਰਫਤਾਰੀ ਦਾ ਜਿਹੜਾ ਡਰ ਆ ਉਹ ਤਾਂ ਬਣੇ ਹੀ ਰਹੇਗਾ ਪਰ ਫਿਰ ਇਹ ਜਿਹੜਾ ਇੱਕ ਮਸਲਾ ਸਾਨੂੰ ਉਠਾਲਣਾ ਪੈਣਾ ਉਹ ਇਹ ਕਿ ਜੇ ਪੰਜਾਬ ਦੀ ਪੁਲਿਸ ਜਾ ਕੇ ਦਿੱਲੀ ਜਾਂ ਗਾਜ਼ੀਆਬਾਦ ਜਾਂ ਕਿਤੇ ਹੋਰ ਸੂਬੇ 'ੱਕ ਧਮਕੀ ਆ ਤਾਂ ਉਹਦੇ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ ਨਹੀਂ ਜ਼ਿੰਮੇਵਾਰ ਭਗਵੰਤ ਮਾਨ ਹੀ ਮੰਨੇ ਜਾਣਗੇ ਭਗਵੰਤ ਮਾਨ ਬਾਰੇ ਅਸੀਂ ਕੱਲ ਲੰਬੀ ਚੌੜੀ ਚਰਚਾ ਕੀਤੀ ਸੀ ਕਿ ਉਹ ਬੇੜੀਆਂ ਵਿੱਚ ਜੱਕੜੇ ਨਜ਼ਰ ਆ ਰਹੇ ਆ ਉਹ ਆਮ ਚਰਚਾ ਵੀ ਇਹ ਆ ਕਿ ਉਹਨਾਂ ਦੀ ਬੋਤ ਜਿਹੜੀ ਆ ਉਹ ਸੁਣੀ ਨਹੀਂ ਜਾ ਰਹੀ ਚੱਲੀ ਨਹੀਂ ਜਾ ਰਹੀ ਪਰ ਇੱਥੇ ਗੱਲ ਆਪਾਂ ਨੂੰ ਜ਼ਰੂਰ ਕਰਨੀ ਪਵੇਗੀ ਕਿ ਭਗਵਾਨ ਸਿੰਘ ਮਾਨ ਹੁਣੀ ਇੰਜ ਲੱਗਦਾ ਕਿ ਜੋ ਗਰੰਟੀਆਂ ਜੋ ਵਾਦੇ ਦਿੱਤੇ ਸਨ ਉਹ ਲਾਗੂ ਕਰਨ 'ਚ ਬਹੁਤ ਕਾੜ ਦੇਖਾਇਆ ਦੇ ਰਹੇ ਆ ਪਰ ਜਦੋਂ ਅਸੀਂ ਇਹਨਾਂ ਫੈਸਲਿਆਂ ਦੀ ਜਾਂ ਦਾਅਵਿਆਂ ਦੀ ਜਾਂ ਵਾਅਦਿਆਂ ਦੀ ਪਰਚੋਲ ਕਰਦੇ ਆ ਤਾਂ ਇਹਨਾਂ ਵਿੱਚੋਂ ਚਾਂਸ ਚੰਨੀ ਵਾਂਗ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ ਜੇ ਆਪਾਂ ਕਹਿ ਲਈਏ ਕਿ 35 ਹਜ਼ਾਰ ਮੁਲਾਜ਼ਮ ਪੱਕੇ ਕਰਨੇ ਸੀਗੇ ਉਹ ਵੀ ਐਲਾਨ ਸੀ ਜੇ 25 ਹਜ਼ਾਰ ਨਵੀਂ ਭਰਤੀ ਕਰਨੀ ਸੀ ਉਹ ਵੀ ਐਲਾਨ ਸੀ ਜੇ ਇੱਕ ਵਿਧਾਇਕਾਂ ਇੱਕ ਪੈਨਸ਼ਨ ਉਹ ਵੀ ਐਲਾਨ ਸੀ ਪਤਾ ਨਹੀਂ ਕਿੰਨੇ ਜਾਂ ਫਿਰ ਆਪਾਂ ਗੱਲ 300 ਯੂਨਿਟ ਫ੍ਰੀ ਬਿਜਲੀ ਦੀ ਕਰ ਲਈਏ ਇਹਦੇ ਵਿੱਚੋਂ ਜੋ ਅੰਦਰੋਂ ਬਾਹਰ ਆ ਰਿਹਾ ਉਹ ਬੜਾ ਹੈਰਾਨੀਜਨਕ ਆ ਭਗਵਾਨ ਸਿੰਘ ਮਾਨ ਹੁਣੀ ਬੜੀ ਜਿਹੜਾ ਕੌਨਫੀਡੈਂਸ ਨਾਲ ਬਿਆਨ ਦੇ ਗਏ ਕਿ 300 ਯੂਨਿਟ ਬਿਜਲੀ ਸਭ ਲਈ ਮਾਫ ਹੋਊਗੀ ਐਸ்சி ਬੀਸੀ ਲਈ 2 ਕਿਲੋ ਵਾਟ ਤੱਕ ਚਾਂਸ ਚੰਨੀ ਹੁਣ ਕਿਹਦੇ 200 ਯੂਨਿਟ ਪਰ ਹੁਣ ਜਦੋਂ ਜਿਹੜਾ ਹੈਗਾ ਆ ਰਪਿੰਦਰ ਸਿੰਘ ਹੁਣੀ ਈਟੀਓ ਬਿਜਲੀ ਮੰਤਰੀ ਉਹਨਾਂ ਨੇ ਅੰਦਰਲੀਆਂ ਗੱਲਾਂ ਸ਼ੁਰੂ ਕੀਤੀਆਂ ਤਾਂ ਇਹ ਆਇਆ ਕਿ ਐਸਸੀਬੀਸੀ ਲਈ ਉਹਨਾਂ ਲਈ ਇਹ 300 ਜੁਨਿਟ ਮਾਫ ਹੋਊਗੀ ਜਿਨ੍ਹਾਂ ਕੋਲੇ 1 ਕਿਲੋਵੈਟ ਦਾ ਕਨੈਕਸ਼ਨ ਹੈ ਸੋ ਇਹ ਬੜਾ ਕੁਝ ਜਿਹੜਾ ਆ ਉਹ ਅੰਦਰੋਂ ਆ ਰਿਹਾ ਬਾਹਰ ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਨੂੰ ਇਹ ਸਮਝਣਾ ਚਾਹੀਦਾ ਕਿ ਜੋ ਕੁਝ ਪੁਰਾਣੀਆਂ ਸਿਆਸੀ ਪਾਰਟੀਆਂ ਲੋਕਾਂ ਨਾਲ ਲਾਰੇ ਲੱਪੇ ਲਾ ਕੇ ਸਮਟ ਪਾਉਂਦੀਆਂ ਰਹੀਆਂ ਜਾਂ ਲੋਕਾਂ ਨੂੰ ਬਿਆਨਾਂ ਵਿੱਚ ਉਲਝਾ ਕੇ ਰੱਖਦੇ ਰਹੀਆਂ ਜੇ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਦੀ ਸਰਕਾਰ ਨੇ ਇਸ ਤਰ੍ਹਾਂ ਕੀਤੀ ਤਾਂ ਜਿਹੜਾ ਲੋਕਾਂ ਦਾ ਰਵਈਆ ਆ ਉਹ ਮੁੜ ਉਸੇ ਤਰ੍ਹਾਂ ਦਾ ਹੋਊਗਾ ਜਿਵੇਂ ਹੁਣ ਦੋਨੇ ਸਿਆਸੀ ਪਾਰਟੀਆਂ ਉਹਨਾਂ ਨੇ ਬਾਦ ਦਾ ਰਸਤਾ ਜਿਹੜਾ ਆ ਉਹ ਦਿਖਾ ਦਿੱਤਾ ਪੰਜਾਬੀ ਮੰਗਤੇ ਨਹੀਂ ਪੰਜਾਬੀ ਅਣਖੀ ਨੇ ਤੇ ਪੰਜਾਬੀ ਜੇ ਕਿਸੇ ਨੂੰ ਸੁਟਣਾ ਜਾਣਦੇ ਨੇ ਉਠਾਉਣਾ ਵੀ ਉਹਨਾਂ ਦੀ ਜਿਹੜੀ ਹੈਗੀ ਆ ਫਿਤਰ ਦਾ ਹਿੱਸਾ ਆ ਤੇ ਜੇ ਉਹ ਕਿਸੇ ਨੂੰ ਚੁੱਕਦੇ ਨੇ ਤਾਂ ਸਿਰ ਪਰ ਬੇਗੜਾ ਵੀ ਜਾਣਦੇ ਨੇ ਸੋ ਇਹ ਜਿਹੜਾ ਕੁੱਲ ਮਿਲਾ ਕੇ ਇੰਜ ਲੱਗਦਾ ਕਿ ਜਿਹੜਾ ਪੰਜਾਬ ਪੁਲਿਸ ਦਾ ਇਹ ਜਿਹੜਾ ਐਕਸ਼ਨ ਆ ਇਹਦਾ ਵਿਰੋਧ ਹੋਣਾ ਵੀ ਚਾਹੀਦਾ ਔਰ ਜੋ ਕਾਨੂੰਨੀ ਪੱਖ ਤੋਂ ਲਈਏ ਤਾਂ ਇਹ ਕਾफी ਸਾਰੀ ਜਿਹੜੀ ਆ ਵਿਧੀਕੀ ਲੱਗਦੀ ਆ ਪਰ ਇਸੇ ਨਾਲ ਹੋਰ ਕਰਨੀ ਬਣਦੀ ਆ ਇਹ ਕਿ ਇਸ ਵੇਲੇ ਕੁਮਾਰ ਵਿਸ਼ਵਾਸ ਜਿਹੜੇ ਕਿਸੇ ਵੇਲੇ ਭਗਵੰਤ ਮਾਨ ਦੇ ਨੇੜੇ ਰਹੇ ਸੀਗੇ ਬਸ ਉਹਨੇ ਕੱਲ ਨੂੰ ਟਵੀਟ ਕੀਤਾ ਵੀ ਤਾਂ ਕਿ ਭਗਵੰਤ ਮਾਨ ਹੁਣ ਭੁੱਲਣਾ ਨਹੀਂ ਚਾਹੀਦਾ ਕਿ ਭਗਵੰਤ ਮਾਨਾ ਨੂੰ ਇੱਥੇ ਲਾ ਕੇ ਖੜੇ ਕਰਨ ਵਾਲੇ ਉਹੀ ਆ ਐਸ ਵੱਲੇ ਉਹਨਾਂ ਦੀ ਨੇੜਤਾ ਜਿਹੜੀ ਆ ਉਹ ਭਾਜਪਾ ਨਾਲ ਆ ਸੋ ਜੇ ਅਰਵਿੰਦ ਕੇਜਰੀਵਾਲ ਨੇ ਕੁਮਾਰ ਵਿਸ਼ਵਾਸ ਜਿਹੜਾ ਭਾਜਪਾ ਦੇ ਬਹੁਤ ਨੇੜੇ ਆ ਨੂੰ ਹੱਥ ਪਾਇਆ ਤਾਂ ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਨੇ ਚੁੰਡੀਆਂ ਜਿਹੜੀਆਂ ਵੱਡੀਆਂ ਉਹ ਭਾਰਤੀ ਜਨਤਾ ਪਾਰਟੀ ਦੇ ਵੈਸੇ ਹੁਣ ਮੇਰਾ ਇੰਨੇ ਗੱਲ ਕਹਿਣ ਨੂੰ ਗੱਲ ਕਰਦਾ ਕਿ ਜਿਹੜੇ ਕੁੰਡੀਆਂ ਦੇ ਸਿੰਘ ਫਸ ਗਏ ਤੇ ਅਸੀਂ ਰਹੀਏ ਇੱਥੇ ਚੁੱਪ ਬਾਕੀ ਸਾਰਾ ਕੁਝ ਛੱਡਦੇ ਆਂ ਅਸੀਂ ਸਮੇ ਉੱਤੇ ਇੱਕ ਸਰਕਾਰ ਨਾਲ ਜੁੜੀ ਹੋਰ ਖਬਰ ਸਾਹਮਣੇ ਆ ਰਹੀ ਆ ਉਹ ਇਹ ਕਿ ਹਰਜੋਤ ਸਿੰਘ ਬੈਂਸ ਜੇਲ੍ਹ ਮੰਤਰੀ ਨੇ ਉਹਨਾਂ ਕੋਲੇ ਰੇਜ਼ਮੈਂਡਾ ਵਿਭਾਗ ਵੀ ਆ ਪਤਾ ਇਹ ਲੱਗਾ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕ ਜਿਨ੍ਹਾਂ ਦੀ ਅਗਵਾਈ ਕੀਤੀ ਸਾਬਕਾ ਡਿਪਟੀ ਵਿਰੋਧੀ ਧਰਤੀ ਨੇਤਾ ਸਰਬਜੀਤ ਕੁਰਮਾਨੁਕੇ ਨੇ ਉਹਨਾਂ ਨੇ ਜਾ ਕੇ ਹਰਜੋਤ ਸਿੰਘ ਬੈਂਸ ਦਾ ਦਰਵਾਜ਼ਾ ਖੜਕਾ ਦਿੱਤਾ ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਰੇਤ ਖੰਣਨ ਦਾ ਸੀ ਜਿਹੜਾ ਕਿਸੇ ਗੈਰ ਜਿਹੜੀ ਹੈਗਾ ਕਾਨੂੰਨੀ ਮਾਈਨਿੰਗ ਦਾ ਰੋਕਣ ਦਾ ਵਾਦਾ ਕੀਤਾ ਸੀ ਉਹਦੇ ਅਸੀਂ ਨੇੜੇ ਤੜ ਵੀ ਨਹੀਂ ਖੜਦੇ ਇਹਨਾਂ ਵਿਧਾਇਕਾਂ ਨੇ ਜਾ ਕੇ ਸੁਝਾਅ ਦਿੱਤਾ ਕਿ ਮੰਤਰੀ ਸਾਹਿਬ ਜੇ ਤੁਸੀਂ ਚਾਹੁੰਦੇ ਹੋ ਕਿ ਗੈਰ ਕਾਨੂੰਨੀ ਜਿਹੜਾ ਇਹ ਮਾਈਨਿੰਗ ਆ ਰੋਕੀ ਜਾਵੇ ਤਾਂ ਨਾ ਤੁਹਾਡੇ ਡਰੋਨ ਕੰਮ ਕਰਨਗੇ ਨਾ ਤੁਹਾਡੇ ਅਫਸਰ ਜਿਹੜੇ ਆ ਉੱਥੇ ਪੂਰਾ ਪਹੁੰਚ ਸਕਦੇ ਆ ਜੇ ਤੁਸੀਂ ਕਰਨਾ ਤਾਂ ਜਾਂ ਕੋਈ ਸੋਲਿਡ ਹੱਲ ਲੱਭੋ ਉਹਨਾਂ ਨੇ ਆਪਣੇ ਕੋਲੋਂ ਸੋਲਿਡ ਹੱਲ ਵੀ ਦਿੱਤਾ ਇਹ ਕਹਿ ਕੇ ਕਿ ਉਹ ਖੱਡਾਂ ਜਿਹੜੀਆਂ ਸਰਕਾਰੀ ਆ ਉੱਥੇ ਬੋਰਡ ਲੈ ਜਾਣ ਉਹਦੇ ਆਲੇ ਦੁਆਲੇ ਝੰਡੇ ਲਾਤੇ ਜਾਣ ਉਹਨਾਂ ਖੱਡਾਂ ਉੱਤੇ ਲੰਬਾਈ ਜਿਹੜੀ ਚੜਾਈ ਆ ਉਹ ਵੀ ਦੱਸਤੀ ਜਾਵੇ ਕਿ ਇਸ ਖੱਡ ਦੀ ਐਨੀ ਲੰਬਾਈ ਐਨੀ ਚੜਾਈ ਆ ਇਹ ਤੋਂ ਬਾਅਦ ਅੱਗੇ ਪਿੱਛੇ ਜੇ ਕੋਈ ਰੇਤਾ ਚੱਕਦਾ ਤਾਂ ਉਹਨੂੰ ਆਪਾਂ ਗੈਰਕਾਨੂੰਨੀ ਮਾਈਨਿੰਗ ਮੰਨਾਂਗੇ ਸੋ ਹਰਜੋਤ ਬੈ ਸੁਣੀ ਇਹ ਗੱਲ ਕਿੰਨੇ ਕੁ ਮੰਨਦੇ ਆ ਪਤਾ ਨਹੀਂ ਪਰ ਇਹ ਜਿਹੜਾ ਉਹਨਾਂ ਨੇ ਕਦਮ ਚੁੱਕਿਆ ਤਿੰਨ ਮੰਤਰੀਆਂ ਨੇ ਵਿਧਾਇਕਾਂ ਨੇ ਇਹ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਸਭਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਜਿਹੇ ਬਿਆਨ ਦੇ ਚੁੱਕੇ ਆ ਸੋ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਲੈ ਕੇ ਗਾਹ ਵਧੇ ਆ ਜਾਂ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੋਂ ਇਹ ਸਿਹਤ ਮਿਲੀ ਆ ਜਾਂ ਉਹ ਆਪਣੀ ਲੈਵਲ ਤੇ ਆਪਣੀ ਹੋਂਦ ਰਸਣ ਗਏ ਆ ਜਾਂ ਆਪਾਂ ਇਸ ਤੋਂ ਇੱਕ ਗੱਲ ਕਰ ਲਈਏ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਇਸ ਵੇਲੇ ਕਾਫੀ ਸਰਗਰਮ ਨਜ਼ਰ ਆ ਰਹੇ ਆ ਕਿਹਾ ਜਾਂਦਾ ਕਿ ਉਹਨਾਂ ਦੇ ਜਿਹੜੇ ਸੰਪਰਕ ਵਿੱਚ ਕਈ ਸਾਰੇ ਅਕਾਲੀ ਕਾਂਗਰਸੀ ਦੇ ਆਪ ਦੇ ਲੀਡਰ ਆ ਪਰ ਪਿਛਲੇ ਦਿਨ ਦੀ ਅਸੀਂ ਗੱਲ ਇਹ ਕੀਤੀ ਸੀਗੀ ਕਿ ਕਈ ਸਾਰੇ ਕਾਂਗਰਸ ਦੇ ਵਿਧਾਇਕ ਜਿਹੜੇ ਆ ਉਹ ਆਪ ਦੇ ਵੇਲੇ ਸਵਾਰ ਹੋਣਾ ਚਾਹੁੰਦੇ ਆ ਸੋ ਸਿਆਸਤ ਆ ਜੀ ਸਿਆਸਤ ਦਾ ਕੋਈ ਨਹੀਂ ਪਤਾ ਕਦੋਂ ਕੌਣ ਪਲਟਾ ਮਾਰ ਜਾਏ ਕਦੋਂ ਕਿਹਦੀ ਪੱਠ ਲੱਗ ਜਾਏ ਕਦੋਂ ਕਿਹਦੀ ਗੁੱਡੀ ਅਸਮਾਨੀ ਜਾ ਚੜੇ ਇਹ ਰਾਜਨੀਤੀ ਆ ਘੱਟੋ-ਘੱਟ ਰਾਜਨੀਤੀ ਪੰਜਾਬ ਦੀ ਤੇ ਪੰਜਾਬ ਤੋਂ ਵੀ ਸਪੈਸ਼ਲ ਸਪੈਸ਼ਲ ਤੌਰ ਤੇ ਸਾਡੇ ਉਹਨਾਂ ਲੋਕਾਂ ਦੀ ਜਿਨ੍ਹਾਂ ਲਈ ਸਿਆਸਤ ਜਿਹੜੀ ਆ ਉਹ ਕਹਿਣ ਨੂੰ ਸੇਵਾ ਆ ਪਰ ਕਰਦੇ ਹੋ ਰਾਜ ਨੇ ਇਹਦੇ ਵਿੱਚ ਚਾਹੇ ਸ਼ਾਮਲ ਹੋਵੇ ਅਕਾਲੀ ਦਲ ਤੇ ਚਾਹੇ ਕਾਂਗਰਸ ਤੇ ਚਾਹੇ ਆਮ ਆਦੀ ਪਾਰਟੀ ਤੇ ਜਾਂ ਫਿਰ ਦੂਜੀਆਂ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਖੁੰਬਾਂਈ ਤਰ੍ਹਾਂ ਉੱਗਦੀਆਂ ਤੇ ਖੁੰਬਾਂਈ ਤਰ੍ਹਾਂ ਜਿਹੜੀਆਂ ਆ ਉਹ ਬੈਠ ਜਾਂਦੀਆਂ ਉੰਜ ਕਦੇ-ਕਦੇ ਮੇਰਾ ਦਿਲ ਇਹ ਗੱਲ ਮੁੜ ਕੇ ਕਹਿਣ ਨੂੰ ਕਰਦਾ ਹੁੰਦਾ ਕਿ ਆਮ ਆਦੀ ਪਾਰਟੀ ਜਿਹਨੂੰ ਅਸੀਂ ਵੱਡੇ ਬਦਲਾਅ ਦੇ ਰੂਪ ਵਿੱਚ ਦੇਖਿਆ ਜਿਹਦੇ ਵਿੱਚੋਂ ਅਸੀਂ ਆਪਣਾ ਸੁਨੇਹਰਾ ਪਵਿੱਖ ਦੇਖ ਕੇ ਦੂਜੀਆਂ ਦੋਵੇਂ ਸਿਆਸੀ ਪਾਰਟੀਆਂ ਨੂੰ ਰੱਦ ਕੀਤਾ ਕੀ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਲੀਡਰ ਦੀ ਬੀਐਮਟੀ ਹੋ ਚੁੱਕੀ ਆ ਬੀਐਮਟੀ ਦਾ ਮਤਲਬ ਬੋਨ ਮੈਰੋ ਟ੍ਰਾਂਸਪਲੈਂਟ ਕੀ ਇਹਨਾਂ ਸਾਰਿਆਂ ਦਾ ਜਿਹੜਾ ਖੂਨ ਆ ਉਹ ਬਦਲਤਾ ਗਿਆ ਸੀ ਕਿ ਕ腐ਸ਼ਨ ਇਹਨਾਂ ਦੇ ਖੂਨ ਚ ਬਾਹਰ ਕੱਢਤੀ ਜਾਵੇ ਤੇ ਸਚਾਈ ਤੇ ਜਿਹੜਾ ਮਾਰ ਗਿਆ ਸੱਚੋ ਸੱਚ ਮਾਰ ਗਿਆ ਜਿਹੜਾ ਉਹ ਪਰਤ ਜਾਵੇ ਪਰ ਮਨੂੰ ਜਿਹੜਾ ਇਹਦਾ ਕੋਈ ਹਿਲ ਤੱਕ ਜਵਾਬ ਨਹੀਂ ਮਿਲਿਆ ਤੇ ਨਾ ਹੀ ਮੈਂ ਇਹਨਾਂ ਸਹਿਮਤ ਹਾਂ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸਾਰੇ ਵਿਧਾਇਕ ਚਾਹੇ ਉਹ ਇਹਨਾਂ ਦੇ ਆਪਣੇ ਵਲੰਟੀਅਰ ਤੋਂ ਉੱਪਰ اٹھے ਹੋਣ ਜਾਂ ਕਾਂਗਰਸ ਤੇ ਦੂਜੀਆਂ ਪਾਰਟੀਆਂ ਚੋਂ ਸ਼ਾਮਲ ਹੋ ਕੇ ਦ राय ਹੋਣ ਸਭ ਦੀ ਜਿਹੜੀ ਜੀਵ ਆ ਉਹ ਤਾਂ ਲਲਕਾਈ ਜਾਂਦੀ ਆ ਸਭ ਦਾ ਦਿਲ ਇਹ ਕਰਦਾ ਹੁੰਦਾ ਕਿ ਜੇ ਹੁਣ ਮੌਕਾ ਲੱਗਾ ਤਾਂ ਹੱਥੋਂ ਜਾਣ ਨਾ ਦੇਈਏ ਚਾਹੇ ਹਾਲ ਦੀ ਘੜੀ ਹੱਥ ਸਭ ਦੇ ਬੰਨੇ ਹੋਏ ਆ ਪਰ ਫੇਰ ਵੀ ਜਿਹੜਾ ਗਾਹੇ ਗਾਹੇ ਨੇਰੇ ਸਵੇਰੇ ਜਦੋਂ ਕਿਸੇ ਦਾ ਦਾ ਲੱਗਦਾ ਉਹ ਲਾਉਣ ਤੋਂ ਨਹੀਂ ਖੁੰਝਦਾ ਸੋ ਅੱਜ ਦਾ ਜਿਹੜਾ ਸਾਡਾ ਖਾਲ ਸਪੈਸ਼ਲ ਆ ਇਹਦੇ ਵਿੱਚ ਇੰਨਾ ਹੀ ਕਾਫੀ ਕੱਲ ਨੂੰ ਮਿਲਾਂਗੇ ਕੁਝ ਨਵੀਆਂ ਖਬਰਾਂ ਦੇ ਨਾਲ ਕੁਝ ਨਵੇਂ ਵਿਸ਼ੇ ਸ਼ੋਹਾਂਗੇ ਤਦ ਤੱਕ ਤੁਸੀਂ ਮੈਨੂੰ ਕਮਲਜੀਤ ਸਿੰਘ ਬਣਵਾਤ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਸ਼ੁਕਰੀਆ ਮਿਹਰਵਾਨੀ